ਇਹ ਰਮਜ਼ਾਨ ਨਹੀਂ ਤੇਰਾ ਸਫ਼ਰ ਕਰਕੇ ਕਿੱਥੋਂ ਆਉਂਦਾ ਪਈਆਂ ਮੋਟਰਸਾਈਕਲ ਤੇਰੀ ਬੋ ਮਾਰੀ ਖੜੀ ਹੈ ਦੇਖ ਤਾਂ ਸਹੀ ਯਾਰ ਯਾਰ ਛੀ ਜਵਾਂ ਦਾ ਪਈਆਂ ਛੀ ਚੁੱਕਿਆ ਕਰਨ ਗਿਆ ਮੈਂ ਛੀ ਚ ਬਸ ਨਾ ਹਾਲਾਤ ਪੁੱਛ ਯਾਰ ਕਿਉਂ ਇਹ ਤਾਂ ਮੋਟਰਸਾਈਕਲਾਂ ਬੋ ਮਾਰੀ ਖੜੀ ਇਹਦਾ ਇਹਦਾ ਜੱਟਾਂ ਦੀ ਬੋ ਨਿਕਲੀ ਖੜੀ ਕਿਉਂ ਜੱਟਾਂ ਦੀ ਬੋ ਕਿਉਂ ਨਿਕਲੀ ਖੜੀ ਜਿਹੜੀ ਮਰੀਅਮ ਨਿਵਾਜ਼ ਕੰਮ ਕੀਤੇ ਕਿਆ ਕੀਤਾ ਸੀ ਇਹ ਜੱਟਾਂ ਦੀ ਬੋ ਕਾਰ ਸੱਟੀ ਸੀ ਜੱਟਾਂ ਦੀ ਮਰੀਅਮ ਨਿਵਾਜ਼ ਕਿਆ ਆਖਿਆ ਤੂੰ ਅਕਵਾ ਕੇ ਇਹ ਕੁਝ ਨਹੀਂ ਸੀ ਹੈਗਾ ਜਿਹੜੀ ਕਣਕ ਸਸਤੀ ਚੱਕੀ ਦੀ ਸੀ ਜੱਟਾਂ ਦੀ ਯੇ ਨਹੀਂ ਹੁਣ ਤੁਹਾਡੀ ਬੋ ਨਿਕਲ ਗਈ ਹੈ ਮੈਂ ਤਾਂ ਬੋ ਕਈ ਸਾਲ ਬੋ ਨਿਕਲ ਗਈ ਜੀ ਅਸਲਾਮ ਵਾਲੇਕੁਮ ਮੇਰੇ ਪਿਆਰੇ ਭਾਈ ਪਿਆਰੇ ਵੀਰ ਕੀ ਹਾਲ ਹੈ ਠੀਕ ਹੋ ਤੁਸੀਂ ਅਸੀਂ ਠੀਕ ਹੈ ਉਮੀਦ ਕਰੇ ਨੇ ਠੀਕ ਠਾਕ ਹੋ ਸਭ ਤੁਹਾਡੀਆਂ ਦੁਆਵਾਂ ਨਾਲ ਠੀਕ ਹੈ ਮੈਂ ਖਾਲਿਦ ਚਾਂਡੀ ਔਰ ਤੁਸੀਂ ਇਹਦੇ ਯੂਟਿਊਬ ਚੈਨਲ ਖਾਲਿਦ ਚਾਂਡੀ ਵਲੌਗਰ ਤਾਂ ਬਾਈ ਮੈਂ ਸਵੇਰ ਸਵੇਰ ਉੱਠਾ ਤਾਂ ਕਾਫੀ ਦਿਨ ਨੂੰ ਮੇਰੇ ਕੋਈ ਵਲੌਗ ਕੋਈ ਨਹੀਂ ਆਉਂਦਾ ਖੜਾ ਮੇਰੀ ਤਬੀਅਤ ਠੀਕ ਕੋਈ ਨਹੀਂ ਮੈਂ 8 ਤੋਂ 10 ਨਹੀਂ ਕਿਹਾ ਮਤਲਬ 15 ਨਹੀਂ ਠੀਕ ਹੈ ਮੇਰਾ ਕੋਈ ਵਲੌਗ ਕੋਈ ਨਹੀਂ ਆਇਆ ਮੈਂ ਵਲੌਗ ਅਪਲੋਡ ਕੋਈ ਨਹੀਂ ਕੀਤਾ ਬਣਾਇਆ ਅੱਜ ਅਲਹਮਦੁਲਿਲਾ ਮੇਰੀ ਤਬੀਅਤ ਵੀ ਠੀਕ ਹੈ ਕਾਫੀ ਬਿਹਤਰ ਹੈ ਪਈ ਤਾਂ ਮੈਂ ਅੱਜ ਵਲੌਗ ਦਾ ਸਟਾਰਟ ਸ਼ੁਰੂ ਕੀਤਾ ਅੱਜ ਤੋਂ ਬਾਅਦ ਮੇਰਾ ਕੋਈ ਐਸਾ ਵਲੌਗ ਮਿਸ ਕੋਈ ਨਹੀਂ ਸੀ ਤਾਂ ਮਾਜ਼ਰਤ ਸਭ ਭਾਈਆਂ ਦੇ ਅੱਗੂ ਜਿਹੜੇ ਮੈਨੂੰ ਇਤਨੀ ਮੁਹੱਬਤ ਦਿੰਦੇ ਹਨ ਪਿਆਰ ਦਿੰਦੇ ਹਨ ਤਾਂ ਤੁਹਾਡਾ ਸਾਰਿਆਂ ਦਾ ਮੁਹੱਬਤਾਂ ਦਾ ਸ਼ੁਕਰੀਆ ਤਾਂ ਵੀਡੀਓ ਆਗਾਜ਼ ਸ਼ੁਰੂ ਕਰਦੇ ਪਏ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮਾਰੋ ਸਾਰੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਲਾਜ਼ਮੀ ਪ੍ਰੈਸ ਕਰੇ ਸੋ ਤਾਂ ਕਿ ਹਰ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ ਤਾਂ ਮੈਂ ਇਸ ਟਾਈਮ ਆਪਣੇ ਦੇਰੇ 'ਤੇ ਮੌਜੂਦ ਖਾਣਾ ਤਾਂ ਹੁਣ ਮੈਂ ਵਹਿੰਦਾ ਕਿੱਥਾਂ ਪੀਆਂ ਉਹ ਵੀ ਮੈਂ ਤੁਹਾਨੂੰ ਨਾਲ ਨਾਲ ਦੱਸਿੰਦਾ ਵੰਨਾਂ ਔਰ ਵੀਡੀਓ 'ਚ ਵੀ ਸ਼ੇਅਰ ਕਰਾਂ ਤਾਂ ਮੈਂ ਇਸ ਟਾਈਮ ਆਪਣੇ ਡੇਰੇ 'ਤੇ ਮੌਜੂਦ ਖਾਣਾ ਤਾਂ ਸਾਹਮਣੇ ਦੇਦੇ ਪਏ ਮੇਰੇ ਖੜ੍ਹੇ ਟਰੈਕਟਰ ਔਰ ਇਹ ਹੈ ਬਈ ਸਾਹਮਣੇ ਟਰਾਲੀ ਔਰ ਸਾਹਮਣੇ ਪਈ ਵੇ ਗੰਦਮ ਤਾਂ ਹੁਣ ਮੈਂ ਵਹਿੰਦਾ ਪੀਆਂ ਕਿੱਥਾਂ ਤਾਂ ਇਹ ਗੰਦਮ ਰੱਖੀ ਹੋਈ ਅਸਾਂ ਬੀਜ ਵਾਸਤੇ ਬੀਜ ਸਾਫ਼ ਸੁਥਰੀ ਗੰਦਮ ਆਈ ਪਈ ਇਹ ਬੀਜ ਵਾਸਤੇ ਰੱਖੀ ਹੋਈ ਹੈ ਤਾਂ ਹੁਣ ਮੈਂ ਵਹਿੰਦਾ ਪੀਆਂ ਆਪਣੀਆਂ ਦੁਕਾਨਾਂ 'ਤੇ ਆਪਣੀ ਆੜਤ 'ਤੇ ਤਾਂ ਉੱਥੋਂ ਵੀ ਵਾਂਝਦੇ ਤੋਂ ਮੈਂ ਆਪਣਾ ਸਾਰਾ ਵੀਡੀਓ ਦੇ ਵਿੱਚ ਸ਼ੇਅਰ ਕਰੇਨਾ ਆਪਣੀਆਂ ਦੁਕਾਨਾਂ ਆਪਣਾ ਅੱਡਾ ਤਾਂ ਉੱਥੋਂ ਮੇਰਾ ਗੰਦਮ ਦਾ ਜਿੱਥਾਂ ਸਟਾਕ ਲੱਗੋ ਹੋਏ ਉਹ ਵੀ ਦਿਖਾਇਨਾ ਤਾਂ ਸਟਾਕ ਕਿਆ ਹੈ ਔਰ ਵਾਂਝ ਕੇ ਤੁਹਾਨੂੰ ਦੱਸੇਨਾ ਔਰ ਕਿਆ ਥੀਂਦੀ ਪਈ ਹੈ ਤਾਂ ਗੰਦਮ ਦੇ ਹਵਾਲੇ ਨਾਲ ਅੱਜ ਮੈਂ ਤੁਹਾਨੂੰ ਸਾਰੀ ਡਿਸਕਸ ਕਰ ਵੀਡੀਓ ਸ਼ੇਅਰ ਕਰੇਨਾ ਤਾਂ ਅਸਾਂ ਚੱਲਦੇ ਪਏ ਹਾਂ ਹੁਣ ਬਾਈਕ ਛਿਕੇ ਨੇ ਤਾਂ ਰਵਾਨਾ ਥੀਂਦੇ ਪਏ ਹੈ ਤੈਨੂੰ ਸਾਹਮਣੇ ਮੇਰੇ ਭਾਈ ਹੋਰਾਂ ਟਰਾਲੀ ਟਰੈਕਟਰ ਸਟਾਰਟ ਕਰੇਂਦੇ ਪੈਣ ਸਾਹਮਣੇ ਚੈੱਕ ਕਰੋ ਮਾਸ਼ਾਅੱਲਾ ਸਟਾਰਟ ਕਰ ਦਿੰਦੇ ਤਾਂ ਇਹ ਹਨ ਪਏ ਤੂੜੀ ਵਾਲੇ ਤਾਂ ਇੱਥੇ ਤੂੜੀ ਲਹਾਵਣ ਆਏ ਖੜ੍ਹੇ ਹਨ ਤਾਂ ਉਹਨਾਂ ਦਾ ਟਰੈਕਟਰ ਬੰਦ ਥੀ ਗਏ ਤਾਂ ਉਹਨਾਂ ਹੁਣ ਟਰੈਕਟਰ ਦੁਬਾਰਾ ਪਾ ਕੇ ਇਹ ਕੋਈ ਸਟਾਰਟ ਕੀਤਾ ਹੈ ਅੱਛਾ ਦੋਸਤੋ ਹੁਣ ਮੈਂ ਇਸ ਟਾਈਮ ਪਹੁੰਚ ਆਇਆ ਆਪਣੀਆਂ ਦੁਕਾਨਾਂ 'ਤੇ ਮੈਂ ਕਾਫੀ ਦਿਨਾਂ ਤੋਂ ਬਾਅਦ ਇੱਥੇ ਦੁਕਾਨਾਂ 'ਤੇ ਆਇਆ ਕਲਬਨ 10 ਤੋਂ 12 ਦਿਨ ਥੀ ਗਏ ਤਾਂ ਥੋੜ੍ਹਾ ਅਜੀਬ ਜਿਹਾ ਨਜ਼ਰ ਆਉਂਦਾ ਪਈ ਹੈ ਅਤੇ ਅਜੀਬ ਜਿਹਾ ਕਿਆ ਨਜ਼ਰ ਆਉਂਦਾ ਪਈ ਹੈ 10 ਦਿਨ ਤੋਂ ਬਾਅਦ ਜੋ ਮੈਂ ਆਇਆ ਤਾਂ ਗੰਦਮ ਮੈਂ ਦੇਖ ਕੇ ਗਿਆ ਵੀ ਜਿਵੇਂ ਇੱਥਾਂ ਪਈ ਆਈ ਤਾਂ ਇਸ ਟਾਈਮ ਵੀ ਗੰਦਮ ਦਾ ਉਵੇਂ ਢੇਰ ਲੱਗਾ ਹੋਇਆ ਤਾਂ ਮੈਂ ਪੁੱਛਿਆ ਅਬੂ ਹੋਰਾਂ ਕੋਲ ਬਈ ਇਹ ਕਿਆ ਵਜ੍ਹਾ ਹੈ ਤਾਂ ਉਹਨਾਂ ਆ ਕੇ ਬਈ ਹਾਲਾਤ ਕੋਈ ਨਹੀਂ ਸਾਹਮਣੇ ਤੋਂ ਅੱਗੂ ਚੈੱਕ ਕਰਵਾਉਂ ਕਿ ਸਾਰੀ ਗੰਦਮ ਦੇ ਢੇਰ ਲੱਗੇ ਹੋਏ ਸਟਾਕ ਪੀਏ ਥੀ ਉਵੇਂ ਅਸਾਂ ਫਰੋਖਤ ਵੀ ਕੋਈ ਨਹੀਂ ਕਰ ਸਕੇ ਤਾਂ ਅੱਗਾਂ ਲੈ ਰੇਟ ਕੋਈ ਨਹੀਂ ਮਤਲਬ ਜਿਹੜੀ ਗੰਦਮ ਦੀ ਬੋਰੀ ਪਿਛਲੇ ਸਾਲ ਦਾ ਰੇਟ ਆਈ ਗੰਦਮ ਦੀ ਫੀ ਬੋਰੀ 10,000 ਤਾਂ ਇਸ ਟਾਈਮ ਰੇਟ ਚੱਲਦਾ ਪਿਆ ਇਹਦਾ 7,000 7,100 ਤਾਂ ਜ਼ਿਮੀਦਾਰ ਬਿਲਕੁਲ ਰੁੱਲ ਚੁੱਕਾ ਹੈ ਤਾਂ ਜ਼ਿਮੀਦਾਰ ਸ਼ੁਦਾ ਬਿਲਕੁਲ ਬੜਾ ਪਰੇਸ਼ਾਨ ਹੈ ਪਿਆ ਹੱਦ ਤੋਂ ਜ਼ਿਆਦਾ ਪਰੇਸ਼ਾਨ ਹੈ ਲੋਕਾਂ ਨੇ 10-10 ਮਣ 12-12 ਮਣ ਠੇਕੇ 'ਤੇ ਗਿੱਧੀ ਹੋਈ ਆਈ ਔਰ ਠੇਕੇ 'ਤੇ ਗਿਣ ਕੇ ਉਹਨਾਂ ਦੇ ਖਰਚੇ ਉਹਨਾਂ ਦਾ ਉਹ ਠੇਕਿਆਂ ਵਾਲਾ ਹਿਸਾਬ ਲਾਓ ਤਾਂ ਠੇਕੇ ਵੀ ਪੂਰੇ ਨਹੀਂ ਥੀਂਦੇ ਖਰਚੇ ਤਾਂ ਦੂਰ ਦੀ ਗੱਲ ਹੈ ਤਾਂ ਇਤਨੀ ਬਹੁਰਾਨ ਆ ਚੁੱਕਾ ਹੈ ਗੰਦਮ ਦੇ ਤਾਂ ਮੈਂ ਤਾਂ ਬਾਈ ਇਹ ਸਾਹਮਣੇ ਚੈੱਕ ਕਰੋ ਇਹ ਸਾਰਾ ਢੇਰ ਅਤੇ ਅਸਾਂ ਵੀ ਇਤਨੀ ਸਟਾਕ ਲਾ ਅਤੇ ਬੈਠੇ ਮੈਂ ਤਾਂ ਵੀ ਕਾਫੀ ਸਾਰਾ ਦੜਾ ਲੱਗਾ ਹੋਇਆ ਇੱਥਾਂ ਪੀਏ ਥੀ ਆ ਤਾਂ ਬੈਠੇ ਹੈ ਕਿਉਂ ਸਿਰਫ ਰਿਸਕ 'ਚ ਤਾਂ ਇਹ ਕਾਫੀ ਦਿਨ ਦੂ ਔਰ ਮੈਂ ਤੁਹਾਨੂੰ ਸਾਹਮਣੇ ਚੈੱਕ ਕਰਵਾਂ ਸ਼ਾਹ ਦਾ ਭਾਈ ਆਇਆ ਖੜ੍ਹੇ ਸ਼ਹਿਜ਼ਾਦ ਯਾਰ ਅੱਛਾ ਵੀਰ ਜਿੰਨੇ ਯਕੀਨ ਕਰੋ ਅਸਾਂ ਵਜ਼ੀਰ ਆਜ਼ਮ ਮਰੀਮ ਜਵਾਬ ਦੀ ਬਣਾ ਤਾਂ ਖੜਾਏ ਤੇ ਦਿੱਤਾ ਸਭ ਰੋਲ ਹੈ ਅਸਾਂ ਰੋਡਾਂ ਦੇ ਬਾਕੀ ਤੁਹਾਨੂੰ ਦਿਖਾਵਾਂ ਚਾਹੇ ਸਾਹਮਣੇ ਸਾਰੀ ਗੰਦਮ ਹੀ ਗੰਦਮ ਹੈ ਪਈ ਇਹ ਚੈੱਕ ਕਰੋ ਇਸ ਸਾਈਡ ਤੋਂ ਤਾਂ ਇਹ ਹੁਣ ਇਹਨਾਂ ਦਾ ਗੰਦਮ ਦਾ ਕਿਆ ਬੁਰਾ ਹਾਲ ਹੈ ਮੈਂ ਇਹ ਬੈਕ ਸਾਈਡ ਤੋਂ ਆਈ ਤੇ ਤੁਹਾਨੂੰ ਦਿਖਾਵਾਂ ਇਹ ਜਿਹੜਾ ਬਾਰਦਾਨਾ ਆਈ ਪਿਆ ਤਾਂ ਉਹ ਵੀ ਗਰਮੀ ਤੋਂ ਗਰਮੀ ਹੱਥ ਤੋਂ ਜ਼ਿਆਦਾ ਪਾਉਂਦੀ ਪਈ ਹੈ ਤਾਂ ਹੁਣ ਮੈਂ ਇਹਦੇ ਉੱਤੇ ਤਿਰਪਾਲ ਪਾ ਰੱਖੀਏ ਤਾਂ ਤਿਰਪਾਲ ਪਾਉਣ ਦਾ ਮਕਸਦ ਕਿਆ ਆਈ ਤਾਂ ਇਹ ਗਰਮੀ ਦੇ ਵਿੱਚ ਇਹ ਬਾਰਦਾਨਾ ਜਿਹੜਾ ਫੂ ਗੱਟੂ ਗੱਟੂ ਜਿਹੜਾ ਇਹ ਖਤਮ ਥਿਆ ਪਈ ਹੈ ਬਿਲਕੁਲ ਨਿਕੰਡਮ ਥਿਆ ਪਈ ਹੈ ਤਾਂ ਉਹ ਫਟ ਫਟ ਕੇ ਦਾਣਾ ਆਉਂਦਾ ਸਾਈਡ 'ਤੇ ਆਉਂਦਾ ਪਈ ਹੈ ਸਾਹਮਣੇ ਚੈੱਕ ਕਰੇ ਦੇਦੇ ਪਏ ਉਸੋ ਇਸ ਸਾਈਡ 'ਤੇ ਆ ਰਹੇ ਤਾਂ ਔਰ ਮੈਂ ਮਜ਼ੀਦ ਤੁਹਾਨੂੰ ਇਸ ਸਾਈਡ ਨੂੰ ਵੀ ਚੈੱਕ ਕਰਵਾਵਾਂ ਚਾਹੇ ਥੋੜ੍ਹੀ ਤਿਰਪਾਲ ਤਾਂ ਕਰਕੇ ਕਿ ਗੱਟੂ ਕੱਟੇ ਹੋਏ ਹਨ
کیوں اتھی دے پین تا گٹواں دا وی برا حشر تھی ا پئے اور گندم دا وی برا حال ہے مارکیٹ کوئی نہیں سامنے چیک کرو گٹو پھٹے ہوئے اے سامنے نظراں دے پے اسن اور مارکیٹ دی بالکل روٹین اے وی کوئی نہ تا غریب شدہ بالکل جی ذمہ دار جیڑا ہے او مر چکا ہے اس ٹائم اندے کولے کوئی شے وی نہیں بچی شہری خوشحال حسن تا باقی ملدے سے نیکسٹ وی لاگے تے میں جایا تا آ کے میں ڈٹھے میں کو پریشانی بھی تھئی ہے تا سب بھائی ہر بندہ پریشان ہے بس تو کیا آخر وہی سنگ دے اے کڈے بھائی دا بتائیں اوئے کیا کرنا ہے ہاں اچھا اچھا کیا دعوت ہے فوڈ نہیں کھلتا کیا تھا پتا میں دوڑا وال سنا میں نہیں نہیں کیا تھا پیا کیڑا چولا چٹا چولا او کی ہو جائے چٹا چولا تیرا یہ بھر جائے ساری تے بھر جائے کی موتے تھے تو لال پیں گی جڑا نہیں پاوے اچھا یعنی بھر جائے ساری جیل پیں گی لال پیں گی رمضان اتنا سفر کر کے کتھوں آندا پیا موٹر سائیکل تیری بو ماری کھڑی ہے دیکھ تو صحیح یار چھی جو آندا پیا چھی جو کیا کرن گیا میں چھی بس نہ حالات پوچھ یار کیوں اے تو موٹر سائیکل بو ماری کھڑی رہ دے دے جٹاں دی بو نکلی کھڑی ہے کیوں جٹاں دی بو کیوں نکلی کھڑی ہے جڑی مریم نواز کام کیتے کیا کیتے سی اے جٹاں دی بو کاٹ سٹی سی جٹاں دی مریم نواز کیا کہ تو کو آ کے کچھ نہیں دیا گا جڑی کنا سستی جگی دی جٹاں دی یعنی ہن تو دی بو نکل گئی ہے میں تو بو کئی سال بو نکل گیا تو میرا بھائی آدھا پیے میں پوچھا میں کہ موٹر سائیکل تیری بو مرے دی کھڑی ہے آدھا جڑی مریم نواز آئی ہوں ساری بو کٹ دیتی ہے موٹر سائیکل دا کیا قصور ہے تو اے وی شو دا سچا ہے ایویں نہیں تو تہاڈی بو واقعی نکل گئی ہے یار اچھا چلو اللہ دی مرضی ہن آئی تو بعد نا اگا جڑا کام کرے سو ٹھیک ہے رقبے گھنسو تے دیکھ کے گھنسو تہاڈی سارے چلو اپنے ہاں ہاں جڑے پرایا دی جو 18 من بھی ہوئی ٹھیکا جی تے 15 من کنا کلاں چلو تہاڈی بو ٹھیک نکلی ہے